ਗੁਰਦੁਆਰਾ ਸਾਹਿਬ ਜੀ ਦੀ ਸੇਵਾ ਚੱਲ ਰਹੀ ਆ, ਸਾਰਾ ਹੀ ਪੱਥਰ ਨਾਲ ਗੁਰਦੁਆਰਾ ਸਾਹਿਬ ਤਿਆਰ ਕਰਨਾ ਹੈ, ਉੱਪਰ ਸੋਨੇ ਦਾ ਕਲਸ਼ ਝੁਲਾਉਣਾ ਹੈ ਅਤੇ ਨਾਲ ਹੀ ਨਿਸ਼ਾਨ ਸਾਹਿਬ ਝੁਲਣਾ ਹੈ। ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਕਲੀਫ ਨਾ ਹੋਵੇ ਸੰਗਤਾਂ ਨੂੰ। ਇੱਥੇ ਹਰ ਪ੍ਰਕਾਰ ਦੇ ਜੋ ਲੰਗਰ ਨੇ ਬੜੇ ਚੰਗੀ ਪੱਧਰ 'ਤੇ ਤਿਆਰ ਕੀਤੇ ਜਾਣੇ ਨੇ। ਇਸ ਗੁਰਦੁਆਰਾ ਸਾਹਿਬ ਦਾ ਨਾਂ ਸ਼ਬਦ ਪ੍ਰਕਾਸ਼ ਰੱਖਿਆ ਗਿਆ। ਸਾਡੇ ਸ਼ਹਿਰ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਮਨਾਏ ਜਾਣ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਤਿਆਰੀਆਂ ਜੰਗੀ ਪੱਧਰ 'ਤੇ ਚੱਲ ਰਹੀਆਂ ਨੇ। ਇਸੇ ਨੂੰ ਲੈ ਕੇ ਪੰਜਾਬ ਸਰਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ ਵੱਖ ਕਾਰ ਸੇਵਾ ਵਾਲੇ ਬਾਬਿਆਂ ਵੱਲੋਂ ਜਿਹੜੀਆਂ ਆਪਣੇ ਤੌਰ 'ਤੇ ਇੱਥੇ ਜਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਇਸੇ ਨੂੰ ਲੈ ਕੇ ਇੱਥੇ ਜਿਹੜੀਆਂ ਸੰਗਤਾਂ ਦਾ ਵੱਡੀ ਗਿਣਤੀ ਵਿੱਚ ਇੱਥੇ ਪਹੁੰਚਣਾ ਹੈ, ਉਸ ਨੂੰ ਦੇਖਦੇ ਹੋਏ ਜਿਹੜੇ ਕਾਰ ਸੇਵਾ ਵਾਲੇ ਬਾਬੇ ਉਹਨਾਂ ਵੱਲੋਂ ਆਪਣੇ ਤੌਰ 'ਤੇ ਜਿਹੜੀਆਂ ਇਮਾਰਤਾਂ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਨੇ, ਜਿਹਨਾਂ ਵਿੱਚ ਜਿਹੜੇ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਹੋਵੇਗਾ। ਇੱਥੇ ਇੱਕ ਗੁਰਦੁਆਰਾ ਬੇਲ ਸਾਹਿਬ ਦੇ ਨਜ਼ਦੀਕ ਹੀ ਕਾਰ ਸੇਵਾ ਬਾਬਾ ਬਿਧੀ ਚੰਦ ਜੀ ਵੱਲੋਂ, ਉਹਨਾਂ ਵੱਲੋਂ ਵੀ ਇੱਕ ਇਮਾਰਤ ਤਿਆਰ ਕਰਵਾਈ ਜਾ ਰਹੀ ਹੈ। ਸਾਡੇ ਨਾਲ ਉਹਨਾਂ ਦੇ ਸੇਵਾਦਾਰ ਮੌਜੂਦ ਨੇ, ਉਹਨਾਂ ਤੋਂ ਜਾਣਦੇ ਹਾਂ ਇਹ ਕਿੰਨੇ ਇੱਥੇ ਕਮਰੇ ਬਣਾਏ ਗਏ ਨੇ ਔਰ ਜਿਹੜੀ ਇਮਾਰਤ ਇਹ ਕਦੋਂ ਤੱਕ ਕੰਪਲੀਟ ਹੋਵੇਗੀ, ਅਤੇ ਜਿਹੜਾ ਇਹ 550 ਸਾਲਾ ਆ ਉਹਨਾਂ 'ਤੇ ਇਹ ਜਿਹੜਾ ਬਾਬਾ ਜੀ ਦਾ ਕੀ ਯੋਗਦਾਨ ਰਹਿਣ ਵਾਲਾ। ਬਾਬਾ ਜੀ ਸਤਿ ਸ਼੍ਰੀ ਅਕਾਲ, ਤੁਹਾਡਾ ਐਨਆਰਡੀ ਟੀਵੀ ਦੇ ਸਵਾਗਤ ਹੈ। ਇਹ ਜਿਹੜੀ ਇਮਾਰਤ ਤਿਆਰ ਕੀਤੀ ਜਾ ਰਹੀ ਹੈ, ਕਿੰਨੇ ਇੱਥੇ ਕਮਰੇ ਹੋਣਗੇ ਅਤੇ ਕਦੋਂ ਤੱਕ ਪੂਰੀ ਹੋਊਗੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ 550 ਸਾਲਾ ਸ਼ਤਾਬਦੀ ਨੂੰ ਸਮਰਪਿਤ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ 11ਵੇਂ ਜਾਨਸ਼ੀਨ ਸੱਚਖੰਡ ਵਾਸੀ ਸੰਤ ਬਾਬਾ ਦਇਆ ਸਿੰਘ ਜੀ, ਜਿਨ੍ਹਾਂ ਨੇ ਸੇਵਾ ਆਰੰਭ ਕਰਵਾਈ ਸੀ। ਮੌਜੂਦਾ ਮੁਖੀ 12ਵੇਂ ਜਾਨਸ਼ੀਨ ਬਾਬਾ ਅਵਤਾਰ ਸਿੰਘ ਜੀ, ਜੋ ਇਸ ਵਕਤ ਸੇਵਾ ਕਰਵਾ ਰਹੇ ਹਨ। ਸੋ ਇੱਥੇ ਥੱਲੇ ਇੱਕ ਬੇਸਮੈਂਟ ਬਣਾਈ ਗਈ ਆ, ਉੱਤੇ ਉੱਪਰ ਲੰਗਰ ਹਾਲ, ਉੱਪਰ ਜੋ 22 ਕਮਰਿਆਂ ਦੀ ਸਰਾਂ ਤਿਆਰ ਕੀਤੀ ਜਾਵੇਗੀ। ਸੋ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਚੱਲ ਰਹੀ ਆ, ਸਾਰਾ ਹੀ ਪੱਥਰ ਨਾਲ ਗੁਰਦੁਆਰਾ ਸਾਹਿਬ ਤਿਆਰ ਕਰਨਾ ਹੈ, ਉੱਪਰ ਸੋਨੇ ਦਾ ਕਲਸ਼ ਝੁਲਾਉਣਾ ਹੈ ਅਤੇ ਨਾਲ ਹੀ ਨਿਸ਼ਾਨ ਸਾਹਿਬ ਝੁਲਣਾ ਹੈ। ਇੱਥੇ ਜੋ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਦੇ ਵੱਲੋਂ ਸੇਵਾ ਆਰੰਭ ਕਰਵਾਈ ਗਈ ਆ, ਉਹ 80 ਦੀ ਪੁੰਨਿਆ ਤੱਕ ਜਿਹੜੀ ਉਹ ਮੁਕੰਮਲ ਕੀਤੀ ਜਾਵੇਗੀ ਅਤੇ 50 ਲੈਟਰੀਨਾਂ ਬਾਥਰੂਮ ਜਿਹੜੇ ਆ ਉਹ ਬਣਵਾਏ ਜਾ ਰਹੇ ਨੇ ਸੰਗਤਾਂ ਵਾਸਤੇ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤਕਲੀਫ ਨਾ ਹੋਵੇ ਸੰਗਤਾਂ ਨੂੰ। ਇੱਥੇ ਹਰ ਪ੍ਰਕਾਰ ਦੇ ਜੋ ਲੰਗਰ ਨੇ ਬੜੇ ਜੰਗੀ ਪੱਧਰ 'ਤੇ ਤਿਆਰ ਕੀਤੇ ਜਾਣੇ ਨੇ। ਸੋ ਸਾਰਾ ਇਹ ਸੰਪਰਦਾਇ ਦਲ ਬਾਬਾ ਬਿਧੀ ਚੰਦ ਜੀ ਘੋੜੇ ਹਾਥੀ ਜਿਹੜੇ ਉਹ ਇੱਥੇ ਆਉਣੇ ਆ, ਬਹੁਤ ਹੀ ਵੱਡਾ ਜਿਹੜਾ ਇਹ ਸ਼ਤਾਬਦੀ ਸਮਾਰੋਹ ਮਨਾਇਆ ਜਾਣਾ ਹੈ। ਸੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਇਸ ਸਥਾਨ 'ਤੇ ਆਸਾ ਜੀ ਵਾਰ ਜੀ ਦਾ 16ਵਾਂ ਸਲੋਕ ਉਚਾਰਨ ਕੀਤਾ ਹੈ ਉਹਦੇ ਬਾਰੇ। ਬਾਬਾ ਜੀ ਸਾਡੇ ਨਾਲ ਕਾਰ ਸੇਵਾ ਵਾਲੇ ਇੱਕ ਹੋਰ ਸੇਵਾਦਾਰ ਮੌਜੂਦ ਨੇ, ਉਹਨਾਂ ਤੋਂ ਜਾਣਦੇ ਹਾਂ। ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਦੀ ਜਦੋਂ ਰਚਨਾ ਕੀਤੀ ਸੀ, ਇੱਕ ਸ਼ਬਦ ਉਚਾਰਨ ਕੀਤਾ ਸੀ, ਉਹ ਸ਼ਬਦ ਕੀ ਸੀ, ਉਹਦਾ ਕੀ ਆਪਣਾ ਅਰਥ ਨਿਕਲਦਾ, ਉਹਦੇ ਬਾਰੇ ਅਸੀਂ ਜਾਣਕਾਰੀ ਲੈਂਦੇ ਹਾਂ। ਬਾਬਾ ਜੀ ਸਤਿ ਸ਼੍ਰੀ ਅਕਾਲ, ਉਹ ਸਾਨੂੰ ਉਸ ਸ਼ਬਦ ਜਿਹੜਾ ਆਸਾ ਦੀ ਵਾਰ ਦਾ ਗੁਰੂ ਜੀ ਨੇ ਜਾੜੂ ਕੀਤਾ ਸੀ ਉਹਦੇ ਬਾਰੇ ਦੱਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਸਥਾਨ ਜੋ ਪੁਰਾਣਾ ਪੋੜਾ ਹੈ, ਗੁਰੂ ਨਾਨਕ ਦੇਵ ਜੀ ਸਮੇਂ ਤੋਂ ਲੈ ਕੇ ਮੌਜੂਦ ਹੈ। ਸੰਤ ਘਾਟ ਤੋਂ ਜੋ ਕਿ ਉਦੋਂ ਸ਼ਮਸ਼ਾਨ ਘਾਟ ਦੇ ਸਰੂਪ ਸੀ, ਉੱਥੋਂ ਮਹਾਰਾਜ ਰੋਜ਼ਾਨਾ ਗੁਰਦੁਆਰਾ ਬੇਗ ਸਾਹਿਬ ਜੀ, ਇੱਥੇ ਪਵਿੱਤਰ ਸਥਾਨ ਮਾਝ ਦਾ ਤਪ ਸਥਾਨ ਹੈ, ਉੱਥੇ ਆਣ ਕੇ ਇਸ਼ਨਾਨ ਕਰਿਆ ਕਰਦੇ ਸਨ। ਜਦੋਂ ਲੰਘਦਿਆਂ ਉਹਨਾਂ ਨੇ ਵੇਖਿਆ ਪੁਲ ਦੇ ਉੱਤੇ ਇੱਕ ਬ੍ਰਾਹਮਣ ਗਊ ਲੈ ਕੇ ਬੈਠਾ ਹੋਇਆ, ਉਹਨੂੰ ਰਾਤ ਮਸੂਰੀਆ ਜਿਹੜਾ ਸੀ ਉਹਨੇ ਗਾਹ ਨਹੀਂ ਲੰਘਣ ਦਿੱਤਾ। ਮਸੂਰੀਆ ਵੀ ਪੰਡਿਤ ਸੀ, ਇਸ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸ ਬ੍ਰਾਹਮਣ ਤੋਂ ਪੁੱਛਿਆ ਵੀ ਭਾਈ ਤੂੰ ਕੀ ਤਕਲੀਫ ਹੈ ਤੈਨੂੰ? ਉਹਨੇ ਆਖਿਆ ਜੀ ਮੈਂ ਰਾਤ ਸਿਆਲ ਦੇ ਵਿੱਚ ਇੱਥੇ ਬਾਹਰ ਰਿਹਾ, ਮੇਰੀ ਗਊ ਸੀ, ਮੈਨੂੰ ਕਿਸੇ ਜਜਮਾਨ ਨੇ ਦਿੱਤੀ ਸੀ ਅਤੇ ਸਾਨੂੰ ਪਾਰ ਨਹੀਂ ਲੰਘਣ ਦਿੱਤਾ, ਇਸ ਵਾਸਤੇ ਅਸੀਂ ਇੱਥੇ ਬੈਠੇ ਹੋਏ ਹਾਂ। ਉਹ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਵੇਖਿਆ ਉਸੇ ਗਾਂ ਦਾ ਗੋਬਰ ਦੂਸਰੇ ਬ੍ਰਾਹਮਣ ਵਸੂਲੀਏ ਨੇ ਚੁੱਕ ਕੇ ਲਿਜਾ ਕੇ ਚੌਂਕਾ ਕੀਤਾ ਅਤੇ ਪ੍ਰਸ਼ਾਦਾ ਪਾਣੀ ਪਕਾਉਣ ਲੱਗ ਪਿਆ ਅਤੇ ਮਹਾਰਾਜ ਨੇ ਉਹਨੂੰ ਸੱਦ ਕੇ ਪੁੱਛਿਆ ਵੀ ਭਾਈ ਤੁਸੀਂ ਗਰੀਬ ਬ੍ਰਾਹਮਣ ਨੂੰ ਲੰਘਣ ਨਹੀਂ ਦਿੱਤਾ, ਪਰ ਉਸੇ ਗਾਂ ਦੀ ਰਾਤ ਪਾਲੇ 'ਚ ਰਹੀ ਆ, ਉਹਦਾ ਤੋਂ ਗੋਬਰ ਲੈ ਕੇ ਚੌਂਕਾ ਕਰਨ ਡਿਆ ਹੋਇਆ, ਪੋਚਾ ਫੇਰਦਾ, ਕੀ ਇਹ ਤੈਨੂੰ ਤਾਰ ਦੇਵੇਗਾ? ਉਦੋਂ ਮਹਾਰਾਜ ਨੇ ਆਸਾ ਦੀ ਵਾਰ ਜਿਹੜਾ 16ਵਾਂ ਸਲੋਕ ਹੈ, ਗਊ ਬ੍ਰਾਹਮਣ ਕੋ ਕਰ ਲਾਭ ਗੋਬਰ ਤਰਨ ਨਾ ਜਾਈ,
ਧੋਤੀ ਟਿੱਕਾ ਤੇ ਜਬ ਮਾਲੀ ਧਾਨ ਮਲੇਛਾਂ ਖਾਈ। ਇਹ ਸਲੋਕ ਮਹਾਰਾਜ ਨੇ ਉਚਾਰਨ ਕੀਤਾ। ਇਹ ਬ੍ਰਾਹਮਣ ਗਊ ਵਿਚਾਰੀ ਰਾਤ ਤੈਨੂੰ ਤਰਸਦੀ ਰਹੀ, ਕਰਲਾਉਂਦੀ ਰਹੀ, ਤੂੰ ਉਸੇ ਗਾਂ ਦਾ ਗੋਬਰ ਚੁੱਕ ਕੇ ਤੂੰ ਅਤੇ ਪੋਚਾ ਕਰਨ ਡਿਆ ਹੋਇਆ। ਸੋ ਗੀਰ ਗਰੀਬ ਰੱਖਿਆ ਕਰੋ, ਗਊ ਗਰੀਬ ਦੀ ਰੱਖਿਆ ਕਰਨੀ ਚਾਹੀਦੀ ਆ। ਇਹ ਸਲੋਕ ਮਹਾਰਾਜ ਨੇ ਇੱਥੇ ਉਚਾਰਨ ਕੀਤਾ। ਇਸ ਨੂੰ ਮੱਖ ਰੱਖ ਕੇ ਮਹਾਂਪੁਰਸ਼ ਸੰਤ ਬਾਬਾ ਦਇਆ ਸਿੰਘ ਜੀ, ਸੰਪਰਦਾ ਬਾਬਾ ਵਿਧੀ ਚੰਦ ਜੀ, ਉਹਨਾਂ ਨੇ ਸੇਵਾ ਸ਼ੁਰੂ ਕਰਾਈ। ਉਸ ਤੋਂ ਬਾਅਦ ਉਹਨਾਂ ਦੇ ਗੱਦੀ ਨਸ਼ੀਨ ਬਾਬਾ ਅਵਤਾਰ ਸਿੰਘ ਜੀ ਮਹਾਂਪੁਰਖ ਬ੍ਰਹਮ ਗਿਆਨੀ, ਉਹਨਾਂ ਦੀ ਸੇਵਾ ਚੱਲ ਰਹੀ ਹੈ। ਇਸ ਗੁਰਦੁਆਰਾ ਸਾਹਿਬ ਦਾ ਨਾਂ ਸ਼ਬਦ ਪ੍ਰਕਾਸ਼ ਰੱਖਿਆ ਗਿਆ। ਸੋ ਇਹ ਜੰਗੀ ਪੱਧਰ 'ਤੇ ਸੇਵਾ ਚੱਲ ਰਹੀਆਂ ਹਨ, ਨਾਲ ਸਰਾਂ ਬਣ ਰਹੀ ਹੈ। 550 ਸਾਲਾ ਗੁਰਪੁਰਬ ਮਹਾਰਾਜ ਦਾ ਮਨਾਉਣ ਵਾਸਤੇ ਸੋ ਸਾਰੀਆਂ ਸੇਵਾਵਾਂ ਇਹ ਚੱਲ ਰਹੀਆਂ ਹਨ। ਸੋ ਇਹ ਕਮਰੇ ਤਿਆਰ ਹੋ ਰਹੇ ਹਨ, ਲੈਟਰੀਨਾਂ ਬਾਥਰੂਮ ਤਿਆਰ ਹੋ ਚੁੱਕੇ ਹਨ। ਸੋ ਇਸ ਵਾਸਤੇ ਇਹ ਸਾਰੀਆਂ ਸੇਵਾਵਾਂ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਜੀ, ਦਲ ਪੰਥ ਬਾਬਾ ਵਿਧੀ ਚੰਦ ਜੀ ਕਰਵਾ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।